अमन अरोड़ा दी जिहड़ी बयानबाजी बहुत मंदभागी कहूँगा मैं, तां उहदी बयानबाजी सुन के जिहड़ा मेरे मन नूं दुख होया मैं शब्दां 'च बयान नहीं कर सकदा, क्योंकि एक गुरबाणी दा कथन है ना, भी जिस तन लागै सो तन जाणै, कौण जाणै पीर पराई। उस व्यक्ति नूं नहीं पता, क्योंकि उहदे परिवार दा मैंबर नहीं गया, और अपनियां उहनां दीआं गलतियां गवर्नमेंट दीआं, और उहनां नूं छुपाउण दे लई उह कसूर कढ रहे साडे भले। मेरे बेटे वालों भी गलती हुई, भी असी थोड़ा प्रकॉशन लैन च ढिल कर गए, असी कदों घूम के मन्ने इस गल नूं, जे ढिल दित्ती तां असी बच्चा परवा लिया आपदा, पर जो तुसी कीता उहदा की सज़ा ली तुसी अपने आप नूं, किहड़े तुसी अफसर ते कारवाई कीती? असी उस दिन दे बलतेज पन्नू नाल नाम लई जन्ने भाई, तुहाडे मीडिया दवाई दिंदे जिहड़ी गल सीगी 9 दिन पहलां इलैक्शन, जिद्दे अज दे दिन नतीजा आ जांदा है, अगले 9-10 दिन साडे कोल इक भी सिक्योरिटी गार्ड है नहीं सी, और साडा नुकसान नहीं होया। नुकसान कदों हुंदा है? 28 तरीक नूं जदों पेज उत्ते पा दिंदे ने, और गोल्ड दी बराड़ ने इस गल नूं मन्निया, आप जिहड़ा अपना एक पत्रकार दी इंटरव्यू दे विच उहने कहा भी जदों सानूं पता लग गया भी सिद्धू मूसेवाले सिक्योरिटी नूं विड्रा कर लिया गया, तो कोई केवल एक जां दुक्का गनमैन ने, उहदी असीं कहदा भी इह कम अज ही करना है, तां फिर किस गल दा भुलेखा रहि गया? ਮੇਰੇ ਬੇਟੇ ਨੇ ਖੁਦਕੁਸ਼ੀ ਤਾਂ ਨਹੀਂ ਨਾ ਕੀਤੀ? ਕੀ ਸਾਨੂੰ ਬਿਨਾਂ ਗਾਰਦਾਂ ਤੋਂ ਰਹਿਣ ਦਾ ਅਧਿਕਾਰ ਨਹੀਂ ਹੈ? ਕਿੰਨੇ ਕੁ ਬੰਦਿਆਂ ਨੂੰ ਤੁਸੀਂ ਗਨਮੈਨ ਜਾਂ ਸਿਕਿਉਰਿਟੀ ਜਾਂ ਬੁਲਟ ਪਰੂਫ ਗੱਡੀਆਂ ਅਪਲਾਈ ਕਰਾ ਦੋਗੇ? ਉਹ ਬੁਲਟ ਪਰੂਫ ਗੱਡੀ ਕਹਿੰਦੇ ਆ, ਬੁਲਟ ਪਰੂਫ ਗੱਡੀ ਸਾਨੂੰ ਗੌਰਮੈਂਟ ਨੇ ਦਿੱਤੀ ਹੈ, ਅਸੀਂ ਆਪਦੀ ਕਮਾਈ 'ਚੋਂ ਬੁਲਟ ਪਰੂਫ ਗੱਡੀ ਲਈ ਹੈ। ਸੋ ਉਹਦਾ ਬਿਆਨ ਹੈ ਜਿਹੜਾ ਬਹੁਤ ਮੰਦਭਾਗਾ, ਜਿੰਨੀ ਨਿੰਦਿਆ ਕੀਤੀ ਹੈ ਵੀ ਉਹਨੇ ਥੋੜ੍ਹੀ। ਇਹ ਲੱਗਦਾ ਨਹੀਂ ਵੀ ਜਦੋਂ ਬਲਤੇਜ ਪੰਨੂ ਤੇ ਬੋਲਦੇ ਆ ਉਦੋਂ ਹੀ ਆਮ ਆਦਮੀ ਪਾਰਟੀ ਦਾ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਬੋਲਦਾ ਇਸ ਗੱਲ ਤੇ? ਹੈ ਵੀ ਮੈਂ 10 ਮਹੀਨੇ ਤੋਂ ਲੱਗਾ ਹੋਇਆ ਬੋਲਣ, ਮੈਂ ਲਿਖਤੀ ਤੌਰ ਤੇ ਮੈਂ ਤੁਹਾਨੂੰ ਦਰਖਾਸਤਾਂ ਦਿਖਾ ਸਕਦਾ ਜਿਹੜੀ ਮੈਂ CM ਸਾਹਿਬ ਦੇ ਵੀ ਟੇਬਲ ਤੇ ਰੱਖ ਕੇ ਆ, ਉਹਨੂੰ ਮਿਲ ਕੇ ਵੀ ਦੇਖ ਕੇ ਆ ਵੀ ਘੱਟੋ ਘੱਟ ਜਿਹੜੇ ਬੁੱਕਲ 'ਚ ਬੈਠੇ ਉਹਨਾਂ ਦੇ ਖਿਲਾਫ਼ ਤਾਂ ਕਾਰਵਾਈ ਕਰੋ, ਚਲੋ ਜਿਹੜੇ ਬਾਹਰਲੇ ਮੁਲਕਾਂ 'ਚੋਂ ਜਦੋਂ ਲੈ ਕੇ ਆਓਗੇ ਐਕਸਟ੍ਰਾਡੀਸ਼ਨ ਦੀ ਜਿਹੜੀ ਕਾਰਵਾਈ ਥੋੜ੍ਹੀ ਚੱਲਦੀ ਹੈ, ਅਤੇ ਮੈਨੂੰ ਤਾਂ ਉਹਦੇ ਕੋਈ ਐਡਾ ਖਾਸ ਭਰੋਸਾ ਵੀ ਹੈ ਨਹੀਂ, ਪਰ ਚਲੋ ਜੇ ਚੱਲਦੀ ਹੈ ਤਾਂ ਮੰਨ ਲੈਂਦੇ ਚੱਲਦੀ ਹੈ, ਉਹ ਬਾਅਦ 'ਚ ਪਹਿਲਾਂ ਜਿਹੜੇ ਆ ਕੋਲੇ ਬੈਠੇ ਇਹਨਾਂ 'ਤੇ ਕਰ ਲਈ, ਜਿਹੜੇ ਇੰਡੀਆ 'ਚ ਬੈਠੇ ਉਹਨਾਂ 'ਤੇ ਕਾਰਵਾਈ ਕਰ ਲਓ ਪਹਿਲਾਂ। ਅੰਕਲ ਜੀ ਬਰਸੀ ਨੂੰ ਲੈ ਕੇ ਅੱਜ ਮੀਟਿੰਗ ਹੋਈ ਸੀ, ਕੀ ਗੱਲਾਂ ਹੋਈਆਂ ਕੀ? ਉਹ ਤਾਂ ਬੇਟਾ ਵੀ ਭੋਗ ਪਾਉਣਾ ਵੀ, ਕਿਉਂਕਿ ਹੁਣ ਇਹ ਪ੍ਰੋਗਰਾਮ ਹੀ ਇਸ ਤਰ੍ਹਾਂ ਦਾ ਹੁੰਦਾ ਵੀ ਕੋਈ ਆਪਣੇ ਕੋਲ ਐਗਜੈਕਟ ਜਿਹਾ ਨਹੀਂ ਪਤਾ ਹੁੰਦਾ ਆਪਾਂ ਨੂੰ ਵੀ ਕਿੰਨੇ ਕੁ ਤਾਂ ਲੋਕ ਆਉਣਗੇ, ਥੋੜ੍ਹੇ ਆਉਣਗੇ, ਵਾਲੇ ਆਉਣਗੇ। ਚਲ ਆਪਾਂ ਇੱਕ ਸਿੰਪਲ ਪ੍ਰੋਗਰਾਮ ਹੈ ਸਾਡਾ, ਇੱਕ ਸਹਿਜ ਪਾਠ ਦਾ, ਮੈਂ ਕਿਸੇ ਵੀ ਸਪੈਸ਼ਲ ਵਿਅਕਤੀ ਨੂੰ ਕੋਈ ਇਨਵਾਈਟ ਨਹੀਂ ਕੀਤਾ, ਮੈਂ ਕੇਵਲ ਸੋਸ਼ਲ ਮੀਡੀਆ ਦੇ ਜ਼ਰੀਏ ਆਪਣਾ ਕਾਰਡ ਸ਼ੇਅਰ ਕੀਤਾ ਸਭ ਨੂੰ, ਭਾਈ ਜੀ ਦੀ ਵੀ ਹਿੰਮਤ ਪੈਂਦੀ ਆ ਕੇ ਬੱਚੇ ਨੂੰ ਸ਼ਰਧਾਂਜਲੀ ਦਿਓ, ਅਤੇ ਬੜਾ ਸਿੰਪਲ ਜਿਹਾ ਪ੍ਰੋਗਰਾਮ ਰੱਖਿਆ ਦਾਣਾ ਮੰਡੀ ਦੇ ਵਿੱਚ।